ਤਾਂ ਹੁਣ ਅਸੀਂ ਦੇਖ ਰਹੇ ਹਾਂ ਕਿ ਡੇ ਟਾਈਮ ਔਰ ਨਾਈਟ ਟਾਈਮ ਦੋਨੋਂ ਹੀ ਟੈਂਪਰੇਚਰ ਨੋਰਮਲ ਤੋਂ ਨੀਚੇ ਆ ਗਏ ਨੇ, ਸੋ ਕਾਫੀ ਜਿਹੜੀਆਂ ਕੋਲਡ ਕੰਡੀਸ਼ਨਸ ਬਣੀਆਂ ਹੋਈਆਂ ਨੇ। ਜੇ ਮਿਨੀਮਮ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਆ ਜਾਂਦਾ ਹੈ ਤਾਂ ਕੋਹਰੇ ਦੀ ਵੀ ਕਾਫੀ ਸੰਭਾਵਨਾ ਹੁੰਦੀ ਹੈ, ਸੋ ਆਉਣ ਵਾਲੇ ਦਿਨਾਂ ਵਿੱਚ ਫੋਗ ਦੇ ਨਾਲ ਨਾਲ ਸਾਨੂੰ ਕੋਹਰਾ ਵੀ ਦੇਖਣ ਨੂੰ ਮਿਲ ਸਕਦਾ ਹੈ। ਕਈ ਅੱਜ ਔਰ ਕੱਲ੍ਹ ਰੈੱਡ ਅਲਰਟ ਔਰ ਉਹਦੇ ਤੋਂ ਬਾਅਦ ਔਰੇਂਜ ਅਲਰਟ ਜਿਹੜਾ IMD ਵੱਲੋਂ ਜਾਰੀ ਕੀਤਾ ਗਿਆ, ਸੋ ਆਉਣ ਵਾਲੇ ਜਿਹੜੇ 3-4 ਦਿਨ ਨੇ ਇਹਨਾਂ ਦੇ ਵਿੱਚ ਕਾਫੀ ਜਿਹੜੀਆਂ ਕੋਲਡ ਕੰਡੀਸ਼ਨਸ ਔਰ ਡੈਂਸ ਫੋਗ ਰਹਿਣ ਦੀ ਹੀ ਪ੍ਰੇਡਿਕਸ਼ਨ ਹੈ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਲੁਧਿਆਣਾ ਲਾਈਵ ਦੇ ਮੌਸਮ ਖਬਰਨਾਮਾ 'ਚ ਬਹੁਤ ਬਹੁਤ ਸਵਾਗਤ ਹੈ। ਸੋ ਪਹਿਲਾਂ ਮੈਂ ਪਵਨੀਤ ਕੋਕਿੰਗਲ ਨਾਲ ਗੱਲਬਾਤ ਕਰਾਵਾਂ, ਤੁਹਾਨੂੰ ਦੱਸਦਾ ਕਿ ਸਭ ਤੋਂ ਪਹਿਲਾਂ ਤਾਂ ਕੱਲ੍ਹ ਰੈੱਡ ਅਲਰਟ ਹੈਗਾ, ਅਤੇ ਹੁਣ ਮੌਸਮ ਕਿੱਦਾਂ ਦਾ ਹੈ, ਮਿਨੀਮਮ ਮੈਕਸੀਮਮ ਔਰ ਆਉਣ ਦਿਨਾਂ 'ਚ ਕਿੱਦਾਂ ਰਹੇਗਾ, ਔਰ ਵੱਡੀ ਗੱਲ ਹੈ ਵੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੋਹਰੇ ਦੀ ਸਫੇਦ ਚਾਦਰ ਜਿਹੜੀ ਤੁਹਾਨੂੰ ਧਰਤੀ 'ਤੇ ਆਮ ਤੌਰ 'ਤੇ ਦੇਖਣ ਨੂੰ ਵੀ ਮਿਲ ਸਕਦੀ ਹੈ, ਅਤੇ ਔਰ ਫਿਰ ਸਵਾਗਤ ਕਰਦੇ ਮੈਮ ਦਾ। ਸਤਿ ਸ਼੍ਰੀ ਅਕਾਲ ਮੈਮ, ਬਿਲਕੁਲ ਲੁਧਿਆਣਾ ਦੇ। ਸਤਿ ਸ਼੍ਰੀ ਅਕਾਲ ਜੀ। ਸੋ ਮੈਮ ਕਿਸ ਤਰ੍ਹਾਂ ਦੇਖਦੇ ਹੋ ਲੋਹੜੀ ਦੀਆਂ ਜਿਹੜੀਆਂ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ। ਉਹ ਕਿਵੇਂ ਦੇਖਦੇ ਹੋ ਫਿਰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੇ ਫੰਕਸ਼ਨ ਹੈਗੇ ਨੇ, ਹਰ ਕਿਸੇ ਦੇ ਘਰ ਲੋਹੜੀ ਬਹੁਤ ਵੱਡਾ ਤਿਉਹਾਰ ਪੰਜਾਬ ਦਾ, ਨਾਲੇ ਸਾਲ ਦਾ ਪਹਿਲਾ ਤਿਉਹਾਰ ਮੰਨਿਆ ਜਾਂਦਾ ਹੈ। ਕਿਸ ਤਰ੍ਹਾਂ ਦੇਖਦੇ ਹੋ ਜੀ? ਅਸੀਂ ਪਿਛਲੇ ਦਿਨਾਂ ਵਿੱਚ ਦੇਖ ਰਹੇ ਸੀਗੇ ਕਿ ਕਾਫੀ ਕੋਲਡ ਡੇ ਕੰਡੀਸ਼ਨਸ ਚੱਲ ਰਹੀਆਂ ਸੀਗੀਆਂ, ਡੇ ਟਾਈਮ ਟੈਂਪਰੇਚਰ ਨੋਰਮਲ ਤੋਂ 6-7 ਜਾਂ 8 ਡਿਗਰੀ ਸੈਂਟੀਗ੍ਰੇਡ ਲੋਅਰ ਚੱਲ ਰਿਹਾ ਸੀਗਾ, ਬਟ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਕੁਝ ਉੱਪਰ ਜਾਂ ਨੀਅਰ ਨੋਰਮਲ ਚੱਲ ਰਿਹਾ ਸੀਗਾ, ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ ਵੀ ਨੋਰਮਲ ਤੋਂ ਨੀਚੇ ਆ ਗਿਆ ਹੈ। ਜਿਵੇਂ ਕੱਲ੍ਹ ਦਾ ਜੋ ਅਸੀਂ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਉਹ 11 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 18.2 ਡਿਗਰੀ ਸੈਂਟੀਗ੍ਰੇਡ ਸੀ, ਸੋ ਇਹ ਲਗਭਗ 7.2 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਨੀਚੇ ਸੀ, ਸੋ ਕੋਲਡ ਡੇ ਕੰਡੀਸ਼ਨਸ ਕਾਫੀ ਬਣੀਆਂ ਹੋਈਆਂ ਸੀ। ਔਰ ਇਸੀ ਤਰ੍ਹਾਂ ਜੋ ਅਸੀਂ ਅੱਜ ਮੋਰਨਿੰਗ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ 4.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ, ਜਿਹੜਾ ਕਿ ਨੋਰਮਲ ਤੋਂ 1 ਡਿਗਰੀ ਸੈਂਟੀਗ੍ਰੇਡ ਨੀਚੇ ਹੈ। ਸੋ ਹੁਣ ਅਸੀਂ ਦੇਖ ਰਹੇ ਹਾਂ ਕਿ ਡੇ ਟਾਈਮ ਔਰ ਨਾਈਟ ਟਾਈਮ ਦੋਨੋਂ ਹੀ ਟੈਂਪਰੇਚਰ ਨੋਰਮਲ ਤੋਂ ਨੀਚੇ ਆ ਗਏ ਨੇ, ਸੋ ਕਾਫੀ ਜਿਹੜੀਆਂ ਕੋਲਡ ਕੰਡੀਸ਼ਨਸ ਬਣੀਆਂ ਹੋਈਆਂ ਨੇ। ਔਰ ਜੇ ਮਿਨੀਮਮ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਆ ਜਾਂਦਾ ਹੈ ਤਾਂ ਕੋਹਰੇ ਦੀ ਵੀ ਕਾਫੀ ਸੰਭਾਵਨਾ ਹੁੰਦੀ ਹੈ, ਸੋ ਆਉਣ ਵਾਲੇ ਦਿਨਾਂ ਵਿੱਚ ਫੋਗ ਦੇ ਨਾਲ ਨਾਲ ਸਾਨੂੰ ਕੋਹਰਾ ਵੀ ਦੇਖਣ ਨੂੰ ਮਿਲ ਸਕਦਾ ਹੈ, ਸੋ ਕਾਫੀ ਕੋਲਡ ਵੇਵ ਕੰਡੀਸ਼ਨਸ ਰਹਿਣ ਦੀ ਪ੍ਰੇਡਿਕਸ਼ਨ ਹੈ। ਔਰ ਇਹਦੇ ਵਾਸਤੇ IMD ਵੱਲੋਂ ਅੱਜ ਔਰ ਕੱਲ੍ਹ 2 ਦਿਨ ਰੈੱਡ ਅਲਰਟ ਜਾਰੀ ਕੀਤਾ ਗਿਆ, ਔਰ ਉਹਦੇ ਤੋਂ ਬਾਅਦ 3 ਦਿਨ ਔਰੇਂਜ ਅਲਰਟ ਜਾਰੀ ਕੀਤਾ ਗਿਆ, ਸੋ ਕਾਫੀ ਠੰਡ ਰਹਿਣ ਵਾਲੀ ਹੈ, ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ। ਬਿਲਕੁਲ ਮੈਮ, ਜਿਸ ਤਰ੍ਹਾਂ ਕਿ ਕੋਲਡ ਡੇਸ ਤੋਂ ਕੋਲਡ ਵੇਵ 'ਤੇ ਅਸੀਂ ਕਨਵਰਟ ਕਰ ਗਏ, ਯਾਨੀ ਕਿ ਦਿਨ ਔਰ ਰਾਤ ਦੇ ਦੋਨੋਂ ਤਾਪਮਾਨ ਜਿਹੜੇ ਨੇ ਠੰਡੇ ਹੋ ਚੁੱਕੇ ਨੇ, ਕਿਸ ਤਰ੍ਹਾਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੈਦਰ ਹੈ ਇਹ, ਕਿਉਂਕਿ ਕਿਹਾ ਜਾਂਦਾ ਕਿ ਲੋਹੜੀ ਤੋਂ ਬਾਅਦ ਦਿਨ ਵੱਡੇ ਹੋ ਜਾਂਦੇ, ਲੋਹੜੀ ਜਿਹੜੀ ਰਾਤ ਹੁੰਦੀ ਸਾਲ ਦੀ ਸਭ ਤੋਂ ਵੱਡੀ ਰਾਤ ਮੰਨੀ ਜਾਂਦੀ ਹੈ, ਉਸ ਤੋਂ ਬਾਅਦ ਦਿਨ ਜਿਹੜੇ ਨੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ, ਕਿਸ ਤਰ੍ਹਾਂ ਦੇਖਦੇ ਹੋ ਕਿ ਦਿਨ ਅਗਰ ਖੁੱਲ੍ਹਣੇ ਸ਼ੁਰੂ ਹੋ ਜਾਣਗੇ ਜਾਂ ਬਾਕੀ ਜਿੱਦਾਂ ਤੁਸੀਂ ਦੱਸ ਰਹੇ ਕਿ ਉਸ ਤੋਂ ਬਾਅਦ ਰੈੱਡ ਅਲਰਟ ਵੀ ਹੋਵੇ, ਔਰੇਂਜ ਅਲਰਟ ਵੀ ਆ ਰਿਹਾ, ਅਤੇ ਅੱਗੇ ਆਉਣ ਵਾਲੇ ਆਪਾਂ ਜਿਵੇਂ ਗੱਲ ਕਰ ਰਹੇ ਕਿ ਧਰਤੀ 'ਤੇ ਸਫੇਦ ਕੋਰੇ ਦੀ ਚਾਦਰ ਵੀ ਦੇਖਣ ਨੂੰ ਮਿਲ ਸਕਦੀ ਹੈ, ਅਤੇ ਕਿੱਥੋਂ ਇਹ ਚੀਜ਼ਾਂ ਨਜ਼ਰ ਆ ਰਹੀਆਂ ਤੁਹਾਨੂੰ ਕਿ ਦਿਨ ਖੁੱਲ੍ਹੇ? ਜੀ, ਜੋ ਅਸੀਂ ਅੱਜ ਪ੍ਰੇਡਿਕਸ਼ਨ ਦੇਖ ਰਹੇ ਹਾਂ ਉਹਦੇ ਤੋਂ ਪਤਾ ਚੱਲਦਾ ਕਿ ਆਉਣ ਵਾਲੇ 3-4 ਦਿਨ ਹਲੇ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਔਰ ਡੈਂਸ ਟੂ ਵੈਰੀ ਡੈਂਸ ਫੋਗ ਪੰਜਾਬ ਦੇ ਵਿੱਚ ਕਾਫੀ ਥਾਵਾਂ 'ਤੇ ਐਕਸਪੈਕਟਡ ਹੈ, ਔਰ ਉਹਦੇ ਕਰਕੇ ਹੀ ਅੱਜ ਔਰ ਕੱਲ੍ਹ ਰੈੱਡ ਅਲਰਟ ਔਰ ਉਹਦੇ ਤੋਂ ਬਾਅਦ ਔਰੇਂਜ ਅਲਰਟ ਜਿਹੜਾ IMD ਵੱਲੋਂ ਜਾਰੀ ਕੀਤਾ ਗਿਆ, ਸੋ ਆਉਣ ਵਾਲੇ ਜਿਹੜੇ 3-4 ਦਿਨ ਨੇ ਇਹਨਾਂ ਦੇ ਵਿੱਚ ਕਾਫੀ ਜਿਹੜੀਆਂ ਕੋਲਡ ਕੰਡੀਸ਼ਨਸ ਔਰ ਡੈਂਸ ਫੋਗ ਰਹਿਣ ਦੀ ਹੀ ਪ੍ਰੇਡਿਕਸ਼ਨ ਹੈ। ਬਹੁਤ ਬਹੁਤ ਸ਼ੁਕਰੀਆ ਮੈਮ। ਅੱਛਾ ਮੈਮ, ਵੱਡੀ ਗੱਲ ਹੈ ਕਿ ਕਿਸਾਨਾਂ ਲਈ ਮੌਸਮ ਕਿੱਦਾਂ ਦਾ ਹੈਗਾ?
ਜੀ ਕਿਉਂਕਿ ਹੁਣ ਜਿਹੜਾ ਨਾਈਟ ਟਾਈਮ ਟੈਂਪਰੇਚਰ ਵੀ ਨੀਚੇ ਆ ਗਿਆ ਹੈ, ਸੋ ਇਹਨਾਂ ਦਿਨਾਂ ਦੇ ਵਿੱਚ ਕੋਹਰਾ ਪੈਣ ਦੀ ਵੀ ਕਾਫੀ ਸੰਭਾਵਨਾ ਹੁੰਦੀ ਹੈ, ਕਿਉਂਕਿ ਜਿੰਨੀ ਦੇਰ ਫੋਗ ਹੁੰਦੀ ਆ ਉਹਦੇ ਨਾਲ ਫਸਲਾਂ ਨੂੰ ਥੋੜ੍ਹਾ ਮੋਇਸਚਰ ਮਿਲ ਜਾਂਦਾ, ਉਹ ਇੰਨਾ ਉਹਦਾ ਨੈਗੇਟਿਵ ਇੰਪੈਕਟ ਫਸਲਾਂ 'ਤੇ ਨਹੀਂ ਹੁੰਦਾ। ਪਰ ਹੁਣ ਕਿਉਂਕਿ ਮਿਨੀਮਮ ਟੈਂਪਰੇਚਰ ਜ਼ਿਆਦਾ ਨੀਚੇ ਆ ਰਿਹਾ ਹੈ, ਸੋ ਇਹਨਾਂ ਦਿਨਾਂ ਵਿੱਚ ਕੋਹਰਾ ਵੀ ਹੋ ਸਕਦਾ ਹੈ। ਕੋਹਰੇ ਦਾ ਫਸਲਾਂ ਨੂੰ ਨੁਕਸਾਨ ਵੀ ਹੁੰਦਾ, ਸਪੈਸ਼ਲੀ ਜੋ ਸਬਜ਼ੀਆਂ ਦੀਆਂ ਫਸਲਾਂ ਨੇ ਜਾਂ ਹੋਰ ਫਸਲਾਂ ਨੂੰ ਵੀ ਇਹਦਾ ਨੁਕਸਾਨ ਹੋ ਸਕਦਾ, ਸੋ ਹੁਣ ਫਾਰਮਰਸ ਨੂੰ ਫਸਲਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਔਰ ਉਹਨਾਂ ਨੂੰ ਹਲਕਾ ਪਾਣੀ ਜ਼ਰੂਰ ਫਸਲਾਂ ਨੂੰ ਲਾਉਣਾ ਚਾਹੀਦਾ ਤਾਂ ਕਿ ਕੋਹਰੇ ਦੇ ਜਿਹੜੇ ਇੰਪੈਕਟ ਤੋਂ ਫਸਲਾਂ ਨੂੰ ਬਚਾਇਆ ਜਾ ਸਕੇ। ਬਹੁਤ ਬਹੁਤ ਸ਼ੁਕਰੀਆ ਮੈਮ। ਸੋ ਦੋਸਤੋ, ਅਸੀਂ ਮੈਮ ਪਵਨੀਤ ਕੌਰ ਕਿੰਗਰੇ ਜੀ ਨੇ ਦੱਸਿਆ ਕਿ ਆਉਣ ਵਾਲੇ ਜਿਹੜੇ ਦਿਨ ਹੈਗੇ ਨੇ ਹਜੇ ਠੰਡ ਜ਼ਰੂਰ ਹੁੰਦੇ ਵਧੇਗੀ, ਤੋਂ ਜਾਂਦੇ ਆਉਂਦੇ ਇੱਕ ਵਾਰੀ ਫਿਰ ਲੁਧਿਆਣਾ ਲਾਈ ਦੀ ਪੂਰੀ ਟੀਮ ਵੱਲੋਂ ਆਪ ਸਭ ਨੂੰ ਲੋਹੜੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਧੰਨਵਾਦ, ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।